मिनट रुका है। फोन क्यों है? की होया? मेनू पेशाब आया। वे भरावा करो पेशाब करके आना सी ना, हुण आपां दुल्हन वाले घर दे कोल पहुंचे खले आ, हुण तैनू पेशाब आ गया। तुसी इत्थे खड़ोवो, मैं घर ते आवां। छेती जा ते छेती आ। बाजी। हां जी। मेरा फैशन वेखाई? हां वेख्या है। तुसा परा मुंह कर लो। ओए अकल कर, अकल कर, अगे जवार च जाके कर पिछा। मैं गबरू सही लगदा पिया। हां हां सही लगदा पे जागा। मेरी दुल्हन सोनी के दिए। हां बाली सोनी है, जा जल्दी होण के इथे रंडी रोणा पाई खलावे। पेशाब करन गया है, अजे तक नहीं आया। आ बैठे। चंगा तमाशा कड्डी खड़ा। चाचा पोला। हाँ? इन्ना टाइम हो गया नूर नजीर भरा नु गए हुए, हले तक नहीं आया। शगना दा गाना भी उन्हें पाया ते कहंदे ने अच्छा नहीं हुंदा। ओ काकी कोई नवा वहम ना पा मेनू। चाचा पोला पता ते करिए, मेन ते टेंशन हुंदी पई है। आ बाहर निकलो। की ओ ला लेने तू ते बड़े नंबरदारा। हाँ? जा तू पता करके आ, नट के जा। ठीक है। अंदर तो कुछ है काई नहीं। कितने गया? बैठ जा यार, आ जाएगा वो। ओ नूर नजीर, ओ कितने दफा हो गया, जल्दी आ जा। उधर दूल्हा डाले जिन्हें ने बड़े परेशान बैठे हो यार। मेरा नाला निकल गया। मोटू मेरा नाला तपा। चल नाला पै गया सी तो बाल बाल कमी थले कर ला। उठो चाचा, चाचा कोई तुसी आ पाको। आप सामने खोलो दर्श के लंग माया। तेरी माँ ने पकाए अंडे पैसा मंगे ते पै गए धंधे। लच्छे दी चादर उते से ले दी लंग माया। आप सामने खोलो नर्स के लंग माया। मेरे साथे कोल दूरी आती गेरा नाल प्यार। ओए चुप करो। ओए अग्गे बड़े गुस्से च ने, ठीक है। उन्होंने कहा सीगा कि तुसी बरात नहीं लेके आउनी, तो खड़ो जो चुप करो, शोर ना पाओ। मैं जाके दरवाजा खड़काना। ठीक है चाचा। हुणे दुल्हन आले बुआ खोल देंगे। पाजी। हां जी। मेरा फैशन ठीक है? वे ठीक है वे तेरा फैशन। मेरा कजला ढांदा तो नहीं पिया? नहीं ढांदा तेरा कजला, चुप करके खलो, दुल्हन वाले घर के सामने खड़े हैं।
ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ। ਚਾਚਾ ਵਿਆਹ ਦਾ ਸ਼ੋਰ ਏ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਪਈ। ਬਹਿ ਜਾ ਤੁਸੀਂ ਇੱਥੇ, ਆ ਕੇ ਖੋਲ ਦਿੰਦੇ ਨੇ। ਅੱਛਾ ਕਾਕੀ ਬਹਿ ਜਾ। ਬਹਿ ਜਾ ਇੱਥੇ ਭਾਈ। ਚੰਗਾ ਵਿਆਹ ਟੁਰ ਰਿਹਾ ਇਹਨੂੰ। ਬੂਆ ਨੀ ਖੁਲੇਂਦੇ ਪਏ, ਮੇਰਾ ਫੈਸ਼ਨ ਖਰਾਬ ਹੁੰਦਾ ਪਈ। ਉਹ ਖਲੋ ਜਾ, ਤੈਨੂੰ ਫੈਸ਼ਨ ਦੀ ਪਈ ਹੋਈ ਆ ਆਪਣੇ ਤੇ। ਜ਼ਲੀਲ ਕਰ ਮਾਰਿਆ। ਚਾਚਾ ਅਖਤਰ ਜੀ, ਇਹ ਕੁਹਾੜੀ ਨੱਪੇ, ਮੈਂ ਆਉਂਦਾ ਪਿਆ। ਦਰਵਾਜ਼ਾ ਖੋਲੋ, ਭਾਰੂ ਬਰਾਤ ਆਈ ਖੜੀ। ਤੂੰ ਕਿਧਰੋਂ ਆਇਆ? ਮੈਂ ਘਰ ਟਾਪ ਕੇ ਆਇਆ। ਲੱਖ ਦੀ ਲਾਣਤ ਤੇਰੇ ਮੂੰਹ ਤੇ। ਜਾ ਬਰਾਤ ਨੂੰ ਉਧਰ ਜਾ ਵਾਪਸ ਜਾ, ਵੱਡਾ ਦਰਵਾਜ਼ਾ ਖੋਲਣਾ ਮੈਂ। ਪਤਾ ਨਹੀਂ ਇਹ ਹੁਣ ਕਿਦੇ ਗਿਆ ਹੈ। ਤੇਰਾ ਦਿਮਾਗ ਤੇ ਨਹੀਂ ਖਰਾਬ, ਕੰਧਾ ਟੱਪ ਗਿਆ। ਉਹ ਕਿਉਂ? ਇੱਥੇ ਮੇਰੀ ਇੱਜ਼ਤ ਰੋੜੇਗਾ। ਇੱਥੇ ਇੱਧਰ ਮਰ ਜਾ। ਬੇਹਦਤਿਆ ਨਾ ਮੁਰਾਦਾ ਮੇਰੇ ਕੋਲ ਨਾ, ਹੁਣ ਤੂੰ ਸੁਣੇਗਾ। ਤੂੰ ਹਾਰ ਨਾ ਪਾਏ ਹੁੰਦੇ ਤੇ ਇੱਥੇ ਬਹਿ ਜਾ ਚੁੱਪ ਕਰਕੇ। ਤੂੰ ਉਹਨਾਂ ਦੀ ਕੰਧ ਚੱਪ ਗਿਆ? ਨਹੀਂ, ਦੂਲਾ ਨੀ ਲਾਉਣੀ। ਜਿਹੜੀ ਤੂੰ ਹਰਕਤ ਘਾਤ ਕੀਤੀ ਹੈ ਨਾ, ਮੈਨੂੰ ਲੱਗਦਾ ਉਹਨਾਂ ਨੂੰ ਦੂਲਾ ਨਹੀਂ ਲਾਉਣੀ, ਸਾਨੂੰ ਰੋਟੀ ਵੀ ਨਹੀਂ ਪੁੱਛਣੀ। ਇੱਥੇ ਆ ਬਹਿ। ਇੱਥੇ ਚੰਗੇ ਨੂੰ ਵਿਹਣ ਤੁਰੇ ਆ। ਬੰਦ ਕਿਉਂ ਗੇਟ ਖੜਕਾਓਗਾ? ਚੱਲੀਏ ਦੁਲਹਨ ਲਵੀਏ। ਉੱਠੀਏ ਚਾਚਾ ਬੋਲਾ। ਪਤਾ ਨਹੀਂ ਯਾਰ, ਪਹਿਲੇ ਦਿਨ ਦਾ ਰਿਸ਼ਤਾ ਲੱਭਦਾ ਨਹੀਂ, ਜੇ ਲੱਭਿਆ ਤੇ ਹੁਣ ਤੋੜ ਚੜਦਾ ਕੋਈ ਨਹੀਂ ਪਿਆ। ਖੜਕਾ ਮੋੜ ਖੜਕਾ। ਖੁੱਲ ਗਈ, ਖੁੱਲ ਗਈ, ਖੁੱਲ ਗਈ। ਵਾਲੇਕੁਮ ਸਲਾਮ। ਯਾਰ ਤੁਸੀਂ ਸਮਝਾਉਂਦੇ ਨੀ ਦੁਲੇ ਨੂੰ, ਇਹ ਸਾਡੀ ਦੀਵਾਰ ਟੱਪ ਕੇ ਆ ਗਏ। ਯਾਰ ਮੈਂ ਮਾਜ਼ਰਤ ਚਾਹੁੰਦਾ ਆ, ਸਾਨੂੰ ਪਤਾ ਨਹੀਂ ਲੱਗਾ ਕਦੋਂ ਚਲਾ ਗਿਆ ਇਹ। ਨਹੀਂ, ਇਹ ਦੁਲਾ ਕੇ ਚੋਰ ਏ। ਹੈ ਤੇ ਦੁਲਾ ਹੀ। ਆਓ ਚਾਚਾ ਸਾਰਾ। ਹਾਂ, ਮੇਰਾ ਫੈਸ਼ਨ ਵੇਖ। ਵੇਖੀ ਬੈਠਾ ਤੇਰੇ ਫੈਸ਼ਨ ਮੈਂ, ਐ ਜਿਵੇਂ ਤੂੰ ਸਾਡੀ ਕੰਧ ਕਰਦੀ ਬੈਠਾ, ਅੱਗੇ ਪਤਾ ਨਹੀਂ ਤੂੰ ਕੀ ਕਰੇਗਾ। ਚਾਚਾ ਸਾਰਾ, ਕੁਹਾੜੀ ਵੇਖੀਏ? ਲੱਕੜੀਆਂ ਕੱਟਣਾ? ਜੇ ਤੁਸੀਂ ਨਾ ਲੀਤੀ ਤਾਂ ਮੈਂ ਤੁਹਾਡੀਆਂ ਲੱਤਾਂ ਵੜੇ ਸਾਂ। ਗੱਲ ਕਰ ਕੋਈ। ਅੱਬਾ, ਮੇਰਾ ਸਵਾਲ ਆ ਕਿੱਥੇ? ਕਿਉਂ ਉਹਨੂੰ ਮੇਰੇ ਨਾਲ ਬੁਲਾਓ, ਕਿਦਾਂ ਉਹਨੂੰ ਨਜ਼ਰ ਨਾ ਲੱਗ ਜਾਵੇ। ਮੇਰਾ ਸਬਾਲਾ ਵਾਪਟੇ ਚ ਅਫਸਰ ਲੱਗੋ ਏ। ਚਾਚਾ ਜੀ, ਦੁਲਹਨ ਨੂੰ ਲੈ ਆਓ, ਪਹਿਲੇ ਬੜੀ ਦੇਰ ਹੋ ਗਈ, ਰੋਟੀ ਅਸੀਂ ਆਪਣੇ ਘਰ ਜਾ ਕੇ ਖਾਵਾਂਗੇ। ਭੋਲੇ ਭਰਾ, ਮੈਂ ਤੁਹਾਨੂੰ ਪਹਿਲੇ ਵੀ ਰੋਕਿਆ ਸੀ ਤੇ ਕੱਲ ਹੀ ਫੋਨ ਕਰਕੇ ਰੋਕਿਆ ਕਿ ਮਸਲੇ ਮਸਾਇਲ ਨੇ, ਬਰਾਤ ਲੈ ਕੇ ਨਾ ਆਓ। ਯਾਰ ਜਦੋਂ ਨਿਕਾਹ ਹੋ ਗਿਆ ਆ ਤੇ ਹੁਣ ਰੁਖਸਤੀ ਕਿਉਂ ਨਹੀਂ ਦੇ ਰਹੇ ਫਿਰ ਤੁਸੀਂ? ਚਾਚਾ, ਜੇਕਰ ਤੁਸੀਂ ਦੁਲਹਨ ਰੁਖਸਤ ਨਹੀਂ ਕਰਨੀ ਸੀ ਤੇ ਨਿਕਾਹ ਕਦ ਲਈ ਕੀਤਾ ਸੀ? ਨੂਰੀ ਮੇਰੀ ਧੀ, ਜਿਹੜਾ ਸਾਨੂੰ ਮਸਲਾ ਮਸਾਇਲ ਬਣਿਆ ਨਾ, ਉਹ ਨਿਕਾਹ ਦੇ ਬਾਅਦ ਬਣਿਆ। ਦੋ ਚਾਰ ਮਹੀਨੇ ਰੁਕ ਜਾਓ, ਜਦੋਂ ਸਾਡਾ ਮਸਲਾ ਹੱਲ ਹੋ ਜਾਏਗਾ ਅਸੀਂ ਰੁਖਸਤੀ ਦੇ ਦਾਂਗੇ।
ਤੇ ਜਿਹੜਾ ਮੈਂ ਫੈਸ਼ਨ ਕਰਕੇ ਬੈਠਾ ਤੇ ਉਹ ਮੁਸ਼ੇ ਵਿਰਾਜ ਜਿਹੜਾ ਤੁਸੀਂ ਨਿਕਾਹ ਕਰ ਦਿੱਤਾ ਤੇ ਉਹਨਾਂ ਨੂੰ ਰੁਕਸ ਦਿਓ ਦੇਰ ਕਿਹੜੀ ਸ਼ਾਇਦ ਹੀ ਲੱਗ ਦੇ ਬੰਦੇ ਉਹ ਭਾਈ ਸ਼ਾਇਦ ਸਨੀ ਸਾਹਿਬ ਗੱਲ ਵੇ ਸਾਨੂੰ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਭਾਈ ਕਿਹੜਾ ਮਸਲਾ ਤੈਨੂੰ ਬਣ ਗਿਆ ਕਮ ਅਜ਼ ਕਮ ਸਾਨੂੰ ਤੇ ਦੱਸ ਤੈਨੂੰ ਦੱਸ ਨਾ ਤੂੰ ਦੋ ਮਿੰਟ ਪਾਸੇ ਹੋ ਕੇ ਮੇਰੀ ਗੱਲ ਸੁਣ ਆ ਚੱਲ ਆ ਜਾ ਤੈਨੂੰ ਛੂਵੇ ਰਿਸੇ ਘਰੋਂ ਲੈ ਰਹੇ ਸਾਂ ਪਰੇਸ਼ਾਨ ਨਾ ਹੋ ਠੀਕ ਹੈ ਠੀਕ ਹੈ ਬੋਲੇ ਭਰਾ ਬੈ ਗੱਲ ਇਹ ਗੱਲ ਮੇਰੀ ਗੌਰ ਨਾਲ ਸੁਣ ਤਿੰਨ ਮਹੀਨਿਆਂ ਤੋਂ ਕੁੜੀ ਦੇ ਮਗਰ ਸੱਪ ਲੱਗਿਆ ਹੋਇਆ ਨਾਗ ਨਾਗ ਜੀ ਕੁੜੀ ਜਿੱਧਰ ਜਿੱਧਰ ਜਾਂਦੀ ਸੱਪ ਉੱਥੇ ਆ ਜਾਂਦਾ ਹੁਣ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਰੁਖਸਤੀ ਦੇ ਦਿੰਦਾ ਤੁਸੀਂ ਬਰਾਤ ਲੈ ਕੇ ਜਾਂਦੇ ਹੋ ਉੱਥੇ ਸੱਪ ਆ ਗਿਆ ਕੁੜੀ ਨੂੰ ਲੜ ਜਾਏ ਮੁੰਡੇ ਨੂੰ ਲੜ ਜਾਏ ਜਾਂ ਕਿਸੇ ਹੋਰ ਨੂੰ ਲੜ ਜਾਏ ਤੇ ਦੱਸੋ ਮੈਂ ਕਿੱਧਰ ਜਾਵਾਂਗਾ ਇਹ ਹਕੀਕਤ ਹੈ ਹਕੀਕਤ ਤੇ ਮੈਂ ਸੱਚ ਕਹਿ ਰਿਹਾ ਇਸ ਵੇਲੇ ਤੋਂ ਮੈਂ ਬਰਾਤ ਦੀ ਰੁਖਸਤੀ ਨਹੀਂ ਦੇ ਰਿਹਾ ਚਲੋ ਤੂੰ ਟੈਨਸ਼ਨ ਨਾ ਲੈ ਹਾਂ ਮੈਂ ਗੱਲ ਕਰਦਾ ਹਾਂ ਠੀਕ ਆ ਜਾ ਅੱਛਾ ਨੂਰੀ ਗੱਲ ਇਸ ਤਰ੍ਹਾਂ ਆ ਮੈਂ ਲੁਕਾਉਂਦਾ ਨਹੀਂ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਹਾਂ ਜੀ ਚਾਚਾ ਉਹਨਾਂ ਨੇ ਦੱਸਿਆ ਹੈ ਕਿ 2-3 ਮਹੀਨੇ ਤੋਂ ਨਾ ਕੁੜੀ ਦੇ ਉੱਤੇ ਕੋਈ ਸੱਪ ਆਸ਼ਿਕ ਹੋ ਗਿਆ ਹੈ ਸੱਪ ਹਾਂ ਉਹ ਹਰ ਕਿਤੇ ਉਹਦੇ ਨਾਲ ਨਾਲ ਫਿਰਦਾ ਜਿੱਥੇ ਉਹ ਇਕੱਲੀ ਹੁੰਦੀ ਆ ਜਿੱਥੇ ਬਹਿੰਦੀ ਆ ਤੇ ਸੱਪ ਉਹਦੇ ਬਰਾਬਰ ਜਾ ਕੇ ਬਹਿ ਜਾਂਦਾ ਆ ਤੇ ਲਿਹਾਜ਼ਾ ਉਹ ਕਹਿੰਦਾ ਪਿਆ ਕਿ ਅਗਰ ਮੈਂ ਰਿਸ਼ਤਾ ਦੇ ਦੇਵਾਂ ਤੁਸੀਂ ਅੱਗੇ ਲੈ ਕੇ ਜਾਓ ਸੱਪ ਕੁੜੀ ਨੂੰ ਜਾਂ ਮੁੰਡੇ ਨੂੰ ਦੱਸ ਲਵੇ ਤੇ ਇਹਦਾ ਜ਼ਿੰਮੇਦਾਰ ਕੌਣ ਹੈ ਇਹ ਤੇ ਗੱਲ ਹੈ ਚਾਚਾ ਮੈਂ ਸੱਪ ਤੋਂ ਨਹੀਂ ਡਰਦਾ ਮੇਰਾ ਸਬਾਲਾ ਸੱਪ ਖਾ ਵੈਂਦਾ ਤੁਸੀਂ ਦੂਲਨ ਮੈਨੂੰ ਦਿਓ ਮੈਂ ਜਾਣਾ ਤੇ ਸੱਪ ਜਾਣੇ ਵੇਖ ਲਓ ਜੀ ਇਹ ਜ਼ਿੰਮੇਦਾਰੀ ਫਿਰ ਤੁਹਾਡੀ ਏ ਖੁਸ਼ੀਆ ਭਰਾ ਜਿਹਨੇ ਲੈ ਕੇ ਜਾਣੀ ਹੈ ਜਿਹਨੇ ਉਹਦੇ ਨਾਲ ਰਹਿਣਾ ਆ ਜਦੋਂ ਉਹ ਆਪ ਰਾਜ਼ੀ ਹੈ ਤੇ ਅਸੀਂ ਕੀ ਕਹਿ ਸਕਦੇ ਹਾਂ ਤੁਸੀਂ ਬਿਸਮਿਲਲਾ ਕਰੋ ਠੀਕ ਹੈ ਚਾਚਾ ਜਦੋਂ ਉਹ ਜ਼ਿੰਮੇਦਾਰੀ ਚੁੱਕੀ ਖਲੈ ਨਾ ਤੇ ਤੁਸੀਂ ਦੂਲਨ ਤੋਰੋ ਠੀਕ ਹੈ ਮੈਂ ਦੂਲਨ ਲੈ ਆਣਾ ਲੈ ਆਓ ਜ਼ਿੰਮੇਦਾਰੀ ਤੁਹਾਡੀ ਹੈ ਅੱਲਾ ਵਾਰਸ ਇੰਨੀਆਂ ਗੱਲਾਂ ਬਣੀਆਂ ਹੋਈਆਂ ਬਈ ਸੱਪ ਆਸ਼ਿਕ ਹੋਵੇਂ ਸੱਪ ਨਾ ਆਸ਼ਿਕ ਹੋਣੇ ਨਾ ਇਹ ਬਦਲਾ ਲੈਂਦੇ ਇੰਨੇ ਕੂੜੇ ਮਾਟੋ ਪੋਤਰ ਨਿਕਲਣ ਦੀ ਕਰ ਸੱਪ ਮਗਰ ਹੀ ਨਾ ਲੱਗ ਜਾਵੇ ਉਹ ਲੰਤੀ ਆ ਮੈਂ ਬਸ ਛੱਤ ਤੇ ਬਸ ਆਉਣ ਓਕੇ ਓਕੇ ਇਤੋਂ ਤੇਰਾ ਦਾਣਾ ਪਾਣੀ ਖਤਮ ਹੋ ਗਈ ਆ ਜਾ ਤੁਸੀਂ ਬੈਠੇ ਹੋ ਕੇ ਆਂਦੇ ਹੋ ਬਾਬਾ ਸੇ ਤੇਰੇ ਤੈਨੂੰ ਤੇਰਾ ਪੈੜੀ ਸ਼ਕਲ ਵਾਲਿਆ ਤੁਰਮਤੀਏ ਅਸੀਂ ਨਹੀਂ ਆਣਾ ਘਰ ਚੱਲ ਤੋਰ ਵਾ ਬਈ ਵਾ ਵਾ ਬਈ ਵਾ ਚੂਵੇਰ ਸੋਣੀ ਕੇ ਦੀ ਇਹਨਾਂ ਦਾ ਕੋਈ ਵਸਾ ਨਾ ਕਰੀ ਠੀਕ ਹੈ ਨਾ ਚਾਚਾ ਹਾਂ ਤੂੰ ਜਾ ਮੈਂ ਬੂਹਾ ਬੰਦ ਕੀਤਾ ਸੱਪ ਕਿਹੜੂ ਆ ਸੀ ਚਲੋ ਠੀਕ ਹੈ ਇਤਿਆਤ ਕਰਨੀ ਹੈ ਤੂੰ ਮੇਰਾ ਭਰਾ ਆਪਣਾ ਖਿਆਲ ਰੱਖੀ ਠੀਕ ਹੈ ਠੀਕ ਹੈ ਚਲ ਚਾਚਾ ਚਲੋ ਜਾ ਰੱਬ ਦੇ ਰੱਖ ਸੱਪ ਮੇਰੇ ਤੋਂ ਪਹਿਲੇ ਆਇਆ ਬੈਠਾ ਜਿਹਨੇ ਸ਼ਾਦੀ ਦਾ ਸਾਰਾ ਖਰਚਾ ਮੈਂ ਕਰ ਲਈ ਹੁਣ ਉਹ ਦੁਲਹਨ ਦਾ ਮਾਲਕ ਬਣਾ ਬੈਠਾ ਮੇਰੀ ਜਾਤ ਇਵੇਂ ਬੈਠੇ ਜਿਵੇਂ ਇਹ ਮੇਰੇ ਮਾਮੇ ਦਾ ਪੋਤਰ ਹੋਵੇ ਹੁਣ ਕੀ ਕਰਾਂ
ਇਹ ਜਾਵੇ ਤਾਂ ਮੈਂ ਅੰਦਰ ਜਾਵਾਂ, ਇਥਾਂ ਹੀ ਬਹਿ ਜਾਣਾ। ਲੋਕ ਬੰਦਿਆਂ ਦੇ ਤੱਲੇ ਆਉਂਦੇ ਨੇ, ਮੈਂ ਸਾਪ ਦਾ ਦੱਲਾ ਬਣਾ ਬੈਠਾ। ਵੇ ਸ਼ਗਨਾ ਦੀ ਰਾਤ ਏ ਤੇ ਤੂੰ ਬਾਹਰ ਬੈਠਾ ਹੈ, ਜਾ ਆਪਣੀ ਦੁਲਹਨ ਕੋਲ ਜਾ ਕੇ ਬਹਿ। ਪਹਿਲੇ ਉਹ ਤਾਂ ਵਾਗ ਜਾਵੇ ਜਿਹੜਾ ਆਇਆ ਬੈਠਾ। ਕੌਣ ਮੋਹਤਰਮ? ਸੱਪ ਸਾਹਿਬ ਆਏ ਬੈਠੇ। ਹੈਂ, ਸੱਪ ਆ ਗਿਆ? ਹਾਂਜੀ, ਮੇਰੀ ਸਵਾਣੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਿੰਦਾ ਬੈਠਾ। ਪਤਾ ਨੀ ਮਾਂ ਦੀ ਕਈ ਮੀਟਿੰਗ ਸ਼ੁਰੂ ਕੀਤੀ ਬੈਠਾ। ਚਾਚਾ ਕਿੱਥੇ ਗਿਆ? ਚਾਚਾ, ਵੇ ਚਾਚਾ! ਕੀ ਹੋ ਗਿਆ ਕੁੜੀ? ਚਾਚਾ ਤੈਨੂੰ ਕਿਹਾ ਸੀ ਨਾ ਮੈਂ ਤੁਹਾਨੂੰ ਕੂੜ ਮਾਰੇ। ਉਸ ਟਾਈਮ ਤੈਨੂੰ ਕਿਹਾ ਸੀ ਨਾ ਦੁਲਹਨ ਲੈ ਕੇ ਜਾ, ਨਾ ਲੈ ਕੇ ਜਾ, ਨਹੀਂ ਮੈਂ ਤੇ ਲੈ ਕੇ ਜਾਣੀ ਹੈ। ਚਲੋ ਕੋਈ ਨੀ, ਘੰਟਾ ਦੋ ਪਹਿਲੇ ਸੀ। ਸੁਣ, ਉਹ ਵੇ ਖਾਣਾ ਆਇਆ ਬੈਠਾ ਬਈ, ਦੁਲਹਨ ਕੀ ਹੋ ਜਾਈ ਬਣੀ ਹੋਈ। ਗਿਰਦਨਲੀ, ਜਿਸ ਦਿਨ ਦਾ ਤੇਰਾ ਵਿਆਹ ਰੱਖਿਆ ਨਾ, ਸਿਆਪੇ ਤੇ ਸਿਆਪਾ, ਸਿਆਪੇ ਤੇ ਸਿਆਪਾ, ਸਿਆਪੇ ਤੇ ਸਿਆਪਾ ਤੂੰ ਪਾਇਆ ਸਾਡੇ ਗੱਲ ਚ। ਹੁਣ ਇਹ ਸੋਚੋ ਕਰਨਾ ਕੀ ਆ। ਚਾਚਾ ਮੈਨੂੰ ਤਾਂ ਕੁਛ ਸਮਝ ਨਹੀਂ ਆ ਰਹੀ ਵੀ ਕੀ ਕਰੀਏ, ਅੱਧੀ ਰਾਤ ਹੋ ਗਈ ਏ। ਅੱਧੀ ਬਾਕੀ ਰਹਿ ਗਈ ਜੀ। ਇਹ ਮੁੰਡਾ ਜਦੋਂ ਦਾ ਜੰਮਿਆ ਨਾ ਮੇਰੇ ਘਰ, ਮੁਸੀਬਤਾਂ ਨਹੀਂ ਗਈਆਂ, ਨਵੀਂ ਤੋਂ ਨਵੀਂ ਮੁਸੀਬਤ ਆਉਂਦੀ ਏ। ਸੋਨੇ ਸੱਪ ਸੋਨੇ ਦਾ ਮਣਕਾ ਲੈ ਦੇਣ। ਆਹੋ ਆਹੋ, ਜਾ ਇੱਥੇ ਮੈਂ ਖੜਾ, ਜਾ ਕੇ ਲੈ ਲੈ ਫਿਰ ਮਣਕਾ। ਉਹ ਮਣਕਾ ਨਹੀਂ ਦਿੰਦੇ, ਉਹ ਮਣਕਾ ਭੰਨ ਦਿੰਦੇ ਹੁੰਦੇ ਈ ਮਣਕਾ। ਜਾ, ਤੂੰ ਤਾਂ ਸਲਾਮੀ ਦੇ ਆ। ਨਾ, ਮੈਂ ਤੇ ਨਹੀਂ ਜਾਂਦੀ ਸਲਾਮੀ ਦੇ, ਖੁਦ ਤੁਰ ਜਾ। ਜਾ ਕੇ ਤੂੰ ਘੁੰਡ ਚੁੱਕਣਾ ਉਹਦਾ ਜਾ ਕੇ। ਮੈਂ ਤੂੰ ਪਹਿਲੇ ਸੱਪ ਗੁੰਡ ਚੁੱਕੀ ਨੀ ਬੈਠਾ, ਹੁਣ ਮੇਰੀ ਕਈ ਲੋੜ ਏ। ਚਾਚਾ, ਹਾਂ, ਹੁਣ ਦੇਰ ਨਾ ਕਰੋ ਤੁਸੀਂ, ਤੁਸੀਂ ਜਲਦੀ ਨਾਲ ਨਾ ਤੁਰਨਾਲੀਆ ਜੋਗੀ ਨੂੰ ਕਾਲ ਕਰ ਦਿਓ, ਉਹ ਨਾਲ ਹੀ ਤੇਰੇ ਦਾ ਹੁਣੇ ਆ ਜਾਏਗਾ। ਠੀਕ ਕਹਿੰਦੀ ਪਈ ਤੂੰ। ਖਤਰਨਾਕ ਕਿਸਮ ਦਾ। ਚਲੋ ਇਹ ਗੱਲ ਤਾਂ ਮੈਂ ਹੁਣੇ ਹੀ ਆਇਆ। ਜਲਦੀ ਆ ਮੇਰਾ ਭਰਾ, ਜਲਦੀ ਆਇਆ, ਹੁਣੇ ਹੀ ਆਇਆ। ਆਂਦਾ ਪਿਆ, ਕਹਿੰਦਾ ਮੈਂ ਹੁਣੇ ਆਇਆ। ਨਹੀਂ, ਤੁਹਾਡਾ ਵਾਕਿਫ ਏ। ਕੌਣ? ਜੋਗੀ। ਇਹ ਘਰ ਨਾਲ ਤੇ ਉਹਨਾਂ ਦਾ ਘਰ ਏ, ਵਾਕਿਫ ਏ। ਇਤਨਾ ਮੈਂ ਨੀ ਵੇਖਾ ਆਪਣੀ ਦੁਲਹਨ ਨੂੰ ਜਿਤਨਾ ਸੱਪ ਵੇਖੀ ਬੈਠਾ। ਜੀ ਲਾਲਾ ਜੀ, ਤਕਲੀਫ ਦਿੱਤੀ ਹੈ, ਅਸੀਂ ਕਾਫੀ ਦੇਰ ਦੇ ਪਰੇਸ਼ਾਨ ਆ, ਮੁੰਡਾ ਵਿਆਹ ਕੇ ਲਿਆਏ ਆ। ਹਾਂ, ਤੇ ਅੰਦਰ ਸੱਪ ਆ ਗਿਆ ਆ। ਸੱਪ? ਹਾਂ, ਓਏ ਜਿੱਥੇ ਥੁਰਨਾਲੀ ਆ ਜੋਗੀ ਆ ਜਾਵੇ ਉੱਥੇ ਸੱਪ ਦੀ ਕੀ ਜੁਰਅਤ ਰਹਿ ਜਾਵੇ, ਉਹਦੀ ਪੂਰੀ ਨਸਲ ਨਹੀਂ ਰਹਿ ਸਕਦੀ। ਮੈਂ ਉਹਦੀ ਖੁੱਡ ਤੇ ਨਾਥ ਮਾਰਾ, ਪੂਰੀ ਨਸਲ ਸਾ ਦੇਵਾ। ਕਿੱਥੇ ਸੱਪ? ਇਹ ਅੰਦਰ ਇਡੇ ਹੱਟ, ਮੈਨੂੰ ਸੱਪ ਦੀ ਬੂਥੀ ਦਾ ਵੇਖਣ ਡੇ, ਕਿਹੜੀ ਨਸਲ ਵਾਲਾ ਸੱਪ ਏ। ਆਪਣੇ ਆਪ ਤੂੰ ਚਲਾ ਜਾ ਸੀ, ਪੂਰੀ ਜ਼ਿੰਦਗੀ ਤੁਹਾਡੀ ਨਸਲ ਦੇ ਪਿੱਛੂ ਕਿਸੇ ਦੇ ਨਹੀਂ ਆਣਾ ਉਹਨੇ। ਓਏ ਗੱਲ ਸੁਣ, ਚੱਲ ਜਾ ਅੰਦਰ, ਜਾ ਕੇ ਸੱਪ ਨੂੰ ਵਾਸਤਾ ਦੇ, ਐਵੇਂ ਸੱਪ ਗਿਆ ਐਵੇਂ। ਚਲੋ ਠੀਕ ਹੈ, ਤੂੰ ਹੀ ਥਾਂ ਖੜੋ, ਮੈਂ ਵਾਸਤਾ ਦਿੱਤੀਆਂ ਵਾ। ਚੱਲ ਬੰਦ, ਡਰਨਾ ਨਹੀਂ।
ਸੱਪ ਵੀਰਾ ਤੂੰ ਤਾਂ ਕਿਸੇ ਹੋਰ ਤੇ ਵੀ ਆਸ਼ਿਕ ਥੀ ਸਕਦਾ ਤੇ ਮੈਨੂੰ ਕਿਸੇ ਨੀ ਦੇਣੀ ਵਾਸਤੇ ਪੀਰ ਮੁਰਸ਼ਦ ਦਾ ਵਾਬੀਆ ਮੈਂ ਵਾਸਤਾ ਦਿੱਤਾ ਉਹ ਹਲਿਆ ਹੀ ਨਹੀਂ ਤੂੰ ਪਾਗੇ ਲੋਕੇ ਇੱਥੇ ਖੜੋ ਪਿਛਾ ਉਹਨੂੰ ਮੈਂ ਵਾਸਤਾ ਦੇਣਾ ਹੋਵੇ ਫਕੀਰ ਸਭ ਤੇ ਉਹਨੂੰ ਬੰਦਾ ਵਾਸਤਾ ਦੇਵੇ ਤੇ ਉਹ ਜਾਵੇ ਨਾ ਕਿਆ ਫਕੀਰ ਸੱਪਾ ਤੈਨੂੰ ਵਾਸਤਾ ਹੈ ਮੇਰੇ ਸੋਹਣੇ ਅੱਲਾ ਦਾ ਅੱਲਾ ਨੂੰ ਮੰਨ ਸੋਹਣੇ ਮੁਹੰਮਦ ਨੂੰ ਮੰਨ ਸ਼ੇਰ ਖੁਦਾ ਮੌਲਾ ਅਲੀ ਸਰਕਾਰ ਨੂੰ ਮੰਨ ਤੇ ਮੌਲਾ ਅਲੀ ਦਾ ਵਾਸਤਾ ਮੰਨ ਕੇ ਫਕੀਰਾ ਚਲ ਜਾ ਇਹਨਾਂ ਦੀ ਜਾਨ ਛੱਡ ਦੇ ਛੱਡ ਦੇ ਜਾਨ ਓ ਹਾਰੇ पागला जेड़े फकीर सप होंदे उस नजर नहीं आंदे चुप करके चला गए ओनू सोहणे अल्लाह दा वास्ता पाया चला गए ओए ए जानवर तां फिर भी मन जांदे ने ਇਹ ਇਨਸਾਨ ਨੇ ਕਿ ਜਿਹੜੇ ਸੋਹਣੇ ਦੇ ਨਾਂ ਦੀ ਨਾ ਫਰਮਾਨੀ ਕਰ ਜਾਂਦੇ ਨੇ ਮੈਂ ਮਾਯੂਸ ਹੋਇਆ ਬੈਠਾ ਹੁਣ ਮਾਯੂਸ ਨਾ ਹੋ ਇਹ ਪਤਾ ਲੱਗਦਾ ਹੈ ਕਿ ਦੂਲਨ ਮੇਰੇ ਹੱਥੋਂ ਵਗ ਗਈ ਹੈ ਮਤਲਬ ਵਗ ਗਈ ਹੈ ਹੁਣ ਮੈਂ ਇੰਝ ਸਮਝੇ ਸਾਂ ਕਿ ਤੂੰ ਆਪਣੇ ਘਰ ਨੂੰ ਦਿੱਤੀ ਹੈ